ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਅੱਜ ਅਸੀਂ ਚੀਨੀ ਸਮਾਨ ਦਾ ਬਹਿਸ਼ਕਾਰ ਵਾਸਤੇ ਪੁਤਲਾ ਫੂਕਿਆ ਗਿਆ ਹੈਗਾ ਚੀਨੀ ਸਮਾਨ ਸਾਡੇ ਇੱਕ ਦੇਸ਼ ਦਾ ਹਿੱਸਾ ਬਣਦੇ ਜਾ ਰਹੇ ਸੀਗੇ ਜਿਹਨੂੰ ਅਸੀਂ ਜਿਹਦੇ ਨਾਲ ਅਸੀਂ ਕੀ ਕਰ ਰਹੇ ਸੀਗੇ ਅਸੀਂ ਭਾਰਤੀ ਸੈਨਾ ਲਈ ਆਪ ਹੀ ਆਪਣੇ ਗੁਨਾਹਗਾਰ ਬਣੀ ਜਾ ਰਹੇ ਸੀਗੇ ਇਹਦੇ ਵਿੱਚ ਸਾਡਾ ਆਪਣਾ ਨੁਕਸਾਨ ਸੀਗਾ ਕਿ ਉਹ ਚੀਨੀ ਸਮਾਨ ਅਸੀਂ ਖਰੀਦਦੇ ਸੀਗੇ ਉਹ ਜਿੰਨੇ ਪੈਸੇ ਆਉਂਦੇ ਸੀਗੇ ਉਹ ਚੀਨ ਨੂੰ ਜਾ ਰਹੇ ਸੀਗੇ ਔਰ ਚੀਨ ਕੀ ਕਰਦਾ ਸੀਗਾ ਚੀਨ ਉਹੀ ਪੈਸਿਆਂ ਦੀ ਗੋਲੀਆਂ ਖਰੀਦ ਕੇ ਸਾਡੇ 'ਤੇ ਹੀ ਚਲਾ ਰਿਹਾ ਸੀਗਾ ਯਾਨੀ ਕਿ ਸਾਡੀ ਗੋਲੀ ਔਰ ਸਾਡੇ ਪੈਸੇ ਸਾਡੀ ਹੀ ਗੋਲੀ ਅਤੇ ਇਸ ਕਰਕੇ ਅੱਜ ਅਸੀਂ ਚੀਨੀ ਸਮਾਨ ਦਾ ਬਹਿਸ਼ਕਾਰ ਕਰਨ ਵਾਸਤੇ ਇਹਨਾਂ ਦਾ ਪੁਤਲਾ ਫੂਕਿਆ ਹੈਗਾ ਤਾਂ ਕਿ ਅਸੀਂ ਦੇਸ਼ ਵਾਸੀਆਂ ਨੂੰ ਮੈਸੇਜ ਦੇ ਸਕੀਏ ਕਿ ਚੀਨੀ ਸਮਾਨ ਅੱਜ ਤੋਂ ਬਾਅਦ ਸਾਡੇ ਘਰ 'ਚ ਨਹੀਂ ਯੂਜ਼ ਹੋਵੇਗਾ ਭਾਰਤ ਤਿੱਬਤ ਸਹਿਯੋਗ ਮੰਚ ਵੱਲੋਂ ਮਹਿਲਾ ਵਿਭਾਗ ਵੱਲੋਂ ਅੱਜ ਕਬੀਰਨਗਰ ਦੇ ਵਿੱਚ ਚਾਈਨਾ ਦੇ ਅਤੇ ਜਿਨਪਿੰਗ ਦਾ ਪੁਤਲਾ ਫੂਕਣ ਦਾ ਜਿਹੜਾ ਅਹਿਵਾਨ ਹੈ ਮਾਤਰ ਸ਼ਕਤੀ ਵੱਲੋਂ ਕੀਤਾ ਗਿਆ ਔਰ ਸਵਾਮੀ ਵਿਵੇਕਾਨੰਦ ਨੇ ਵੀ ਕਿਹਾ ਕਿ ਜੇ ਨਾਰੀ ਜਾਗ ਜਾਂਦੀ ਹੈ ਤਾਂ ਦੇਸ਼ ਜਾਗ ਜਾਂਦਾ ਅੱਜ ਨਾਰੀ ਨੇ ਇੱਕ ਮੈਸੇਜ ਦਿੱਤਾ ਭਾਰਤ ਦੀ ਮਾਤਰ ਸ਼ਕਤੀ ਨੇ ਇੱਕ ਮੈਸੇਜ ਦਿੱਤਾ ਜਿੱਥੇ ਸਾਡੇ ਵੀਰ ਜਵਾਨ ਸੀਨਾ ਚੌੜਾ ਕਰਕੇ ਚਾਈਨਾ ਨੂੰ ਸਬਕ ਸਿਖਾ ਰਹੇ ਨੇ ਜੇ ਉਹਨਾਂ ਨੇ 20 ਮਾਰੇ ਤਾਂ ਅਸੀਂ 50 ਮਾਰੇ ਔਰ ਮਰਿਆਦਾ ਵੀ ਉਹਨਾਂ ਨੇ ਪੂਰੀ ਪਾਲਣਾ ਕੀਤੀ ਹਥਿਆਰ ਹੁੰਦਿਆਂ ਵੀ ਉਹਨਾਂ ਨੇ ਹਥਿਆਰ ਨਹੀਂ ਚਲਾਏ ਔਰ ਉੱਥੇ ਮਾਤਰ ਸ਼ਕਤੀ ਨੇ ਇੱਕ ਮੈਸੇਜ ਦਿੱਤਾ ਹੈ ਕਿ ਅਸੀਂ ਦੇਸ਼ ਦੇ ਵੀਰ ਜਵਾਨਾਂ ਦੇ ਨਾਲ ਹਾਂ ਮੋਢੇ ਨਾਲ ਮੋਢਾ ਲਾ ਕੇ ਅਸੀਂ ਜੁੜੇ ਅਸੀਂ ਚਾਈਨਾ ਦਾ ਬਹਿਸ਼ਕਾਰ ਕਰਾਂਗੇ ਘਰਾਂ ਦੇ ਵਿੱਚ ਚਾਈਨਾ ਦਾ ਕੋਈ ਪ੍ਰੋਡਕਟ ਨਹੀਂ ਇਸਤੇਮਾਲ ਕਰਾਂਗੇ ਜਿੱਥੇ ਚਾਈਨਾ ਵਰਗਾ ਘਟੀਆ ਦੇਸ਼ ਜਿਹੜਾ ਦੁਨੀਆ ਨੂੰ ਕਰੋਨਾ ਵਾਇਰਸ ਜਿਹਦੇ ਖੂਨ ਦੇ ਵਿੱਚ ਹੀ ਧੋਖਾਧੜੀ ਹੈ ਜਿੱਥੇ ਅਸੀਂ 62 ਦੇ ਵਿੱਚ ਭੁਗਤ ਚੁੱਕੇ ਹਾਂ ਉਹਨੇ ਹਿੰਦੀ ਚੀਨੀ ਭਾਈ ਦਾ ਨਾਰਾ ਲਾ ਕੇ 62,000 ਵਰਗ ਕਿਲੋਮੀਟਰ ਸਾਡੀ ਏਰੀਆ ਕਵਰ ਕਰ ਲਿਆ ਅੱਜ ਅਸੀਂ ਕਿਸੇ ਵੀ ਤਰ੍ਹਾਂ ਉਹਨਾਂ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਅੱਜ ਅਸੀਂ ਇੱਕ ਇੰਚ ਜ਼ਮੀਨ ਦੇਣ ਨੂੰ ਤਿਆਰ ਨਹੀਂ ਜਿੱਥੇ ਭਾਰਤ ਵਰਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਇੱਕ ਮੈਸੇਜ ਦਿੱਤਾ ਔਰ ਖੁੱਲ੍ਹੀ ਛੂਟ ਦਿੱਤੀ ਹੈ ਸੈਨਾ ਨੂੰ ਔਰ ਆਰਥਿਕ ਰੂਪ 'ਤੇ ਅਸੀਂ ਚਾਈਨਾ ਨੂੰ ਤਾਂ ਹੀ ਕਮਜ਼ੋਰ ਕਰ ਸਕਦੇ ਹਾਂ ਜੇ ਅਸੀਂ ਚਾਈਨਾ ਦਾ ਟੋਟਲੀ ਬਹਿਸ਼ਕਾਰ ਕਰੀਏ ਘਰ ਦੇ ਵਿੱਚ ਕੋਈ ਵੀ ਪ੍ਰੋਡਕਟ ਨਾ ਵਰਤੀਏ ਇਹ ਸਾਡੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ ਸਾਡਾ ਦੇਸ਼ ਦੇ ਪ੍ਰਤੀ ਭਾਰਤ ਦੇ ਪ੍ਰਤੀ ਸਾਡਾ ਪਿਆਰ ਦਾ ਸਹੀ ਪ੍ਰਗਟਾਵਾ ਹੀ ਇਹ ਹੋ ਸਕਦਾ ਸਾਡੀ ਸੱਚੀ ਸ਼ਰਧਾ ਹੀ ਭਾਰਤ ਦੇ ਪ੍ਰਤੀ ਹੈ ਅਸੀਂ ਅਗਰ ਚਾਈਨਾ ਦਾ ਜਾਂ ਜਿਹੜੀ ਸਵਦੇਸ਼ੀ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਦੁਨੀਆ ਦੀ ਕੋਈ ਤਾਕਤ ਨਹੀਂ ਸਾਨੂੰ ਵਿਸ਼ਵ ਗੁਰੂ ਬਣ ਕੇ ਰੋਕ ਸਕੇ ਜੈ ਹਿੰਦ ਜੈ ਭਾਰਤ